1984 ने पंजाब नूं गहरी उदासी दित्ती। 17-17 साल दे मुंडे चुक के जोधपुर जेल भेज दिते गए। साडे नाल ने गुरमीत सिंह बुटर जिहड़े उदों 17 साल दे सी, पर उन्हां दी भी फौज ने कोई ना सुनी। तुसीं की करना है सी 17 साल दी उम्र च, किवें आए होए सी, तुहाडे हत्थ च वी कोई 47 चक्की होई सी, की होया उदों? मैं तो पहली बारी दर्शन ही करना आया सी हरिमंदर साहब, पहली बारी आया तो करद्या करद्या मैं पहली तरीक नूं लंगर हाल ते गया। उत्थे संत जरनैल सिंह पटराले दे मैं दर्शन किए, उन्हां दा कोई भाषण चल रहा सी, उस वक्त ही गोली चलनी शुरू हो गई। तड़के 4 बजे, 4 तरीक नूं तड़के 4 बजे मैं तैयार होया, तो पहला ही फायर खुल गया। बहुत बड़ा फायर सी, जिहदे नाल एक बार पूरी जिवें धरती हिलदी है, दहशत बहुत ज़्यादा फैली। तो ग्रनेड सुट्टिया एक फौज ने साडे, साढ़े लागे एक दो बजुर्ग गुजरे ने, उन्होंने मेरे सिर्फ अर्क ते एक थोड़ा जिहा निशान लगा। मावां मरिया ते निके निके बच्चे उत्ते मरे, चुक चुक कंधा ना मारे बच्चे उन्होंने, मतलब कंधा नूं खून लगा है, तो बच्चों का बुरा हाल। निके निके बच्चे जोड़े मतलब दुध चुंघते बच्चे ने, उदो मन है जिवें ना पत्थर जिहा हो जांदा वेख के, भी चार सिरे मौत ही मंडरा रही है, की बन गया। तो शामी जदों पंजाब पुलिस आई है ना लाशां चुकण वास्ते, उदों साडे बंदे ने आखिया कि लाशां अहीं चुकदे, तुसीं सानूं साफ पाणी पिया दो लिया। दोनों साइडां ते फौज सी खड़ी, तो विच दी सानूं लंघाउंदे, वह फिर बट मारदे सी ते बुरा हाल करदे। उदों फिर मेरे भी एक बट मारिया, एक ने आंदा ले लिया खालिस्तान। तो बसों के विच भी इन्ने क बंदे वाड़ दिंदे सी वी, जिते 52 सीटर है उत्थे मेरा ख्याल आ भी 120, 119, 120 इन्ने इन्ने बंदे वाड़ दे। किसी की बांह, किसी की लत्त, किसी का सिर, कित मतलब ये हिला रहा कि खून ही खून है। ਜੋਧਪੁਰ ਜੇਲ੍ਹ 'ਚ ਕੋਈ ਟੌਰਚਰ ਹੋਇਆ ਉੱਥੇ ਕੀ ਹੋਇਆ? ਜ਼ਿਆਦਾ ਤਾਂ ਮੈਨੂੰ ਤਾਂ ਇਹੋ ਹੀ ਵੀ ਦਿਮਾਗੀ ਮਤਲਬ ਹਰ ਚੀਜ਼ ਪੁੱਛ ਗਏ ਸੀ, ਸਾਰੀ ਦਿਹਾੜੀ ਕਰੀ ਜਾਣੀ। ਉੱਥੇ ਜਿਹੜੇ ਬਜ਼ੁਰਗਾਂ ਦੇ ਨਾਲ ਰਹਿੰਦਾ ਹੈ ਨਾ, ਮੈਨੂੰ ਬਜ਼ੁਰਗਾਂ ਨੇ ਫਿਰ ਪੱਕਾ ਕੀਤਾ, ਉਹਨੇ ਆਖਿਆ ਤੂੰ ਸ਼ੇਰ ਬਣ। ਅੱਛਾ, ਤੂੰ ਆਂਦਾ ਬਜ਼ੁਰਗਾਂ ਨੇ ਮੈਨੂੰ ਇੰਨਾ ਕੁ ਪੱਕਾ ਆਂਦਾ, ਕਾਕਾ ਕੁੱਟ ਖਾਣੀ ਸਿੱਖੀ ਦੀ ਦੀ ਆ, ਅੱਗੋਂ ਗਾਲਾਂ ਕੱਢੀ ਦੀਆਂ ਹੁੰਦੀਆਂ। ਤੁਸੀਂ ਕਦੇ ਇਹ ਸੋਚਿਆ ਸੀ ਜਿਹੜੇ ਹਰਿਮੰਦਰ ਸਾਹਿਬ ਤੁਸੀਂ ਮੱਥਾ ਟੇਕਦੇ ਸੀ ਆ ਕੇ, ਜਿਹੜੇ ਅਕਾਲ ਤਖਤ ਸਾਹਿਬ, ਹਾਂਜੀ, ਸਾਹਮਣੇ ਸਿਰ 'ਚ ਉਹ ਤੁਹਾਡੇ ਸਾਹਮਣੇ ਸਾਰਾ ਢਹਿ ਢੇਰੀ ਹੋਇਆ ਪਿਆ ਸੀ, ਕਿਹੋ ਜਿਹਾ ਲੱਗਿਆ ਉਦੋਂ, ਕੀ ਸੋਚਿਆ ਉਦੋਂ? ਇਸ ਦੇਸ਼ ਇਹ ਤਾਂ ਮਨ ਬੜਾ ਦੁਖੀ ਹੋਇਆ ਵੀ ਅਸੀਂ ਪਹਿਲਾਂ ਸੁਣਦੇ ਹੁੰਦੇ ਹਾਂ ਵੀ ਪਿਛਲੇ ਜਿਹੜੇ ਸਿੱਖ ਆ ਮੀਰ ਮੰਨੂ ਦੇ ਜਾਂ ਅਬਦਾਲੀ ਵੇਲੇ ਦੀਆਂ ਗੱਲਾਂ ਸੁਣਦੇ ਹੁੰਦੇ ਹਾਂ, ਪਰ ਇਹ ਤਾਂ ਅਸੀਂ ਅੱਖੀਂ ਪ੍ਰਤੱਖ ਵੇਖ ਲਿਆ ਵੀ ਜਿਹੜੀ ਮੌਜੂਦਾ ਗੌਰਮੈਂਟ ਜਿਹੜੀ ਹੈ ਇਹਨੇ ਵੀ ਸਾਡੇ ਨਾਲ ਘੱਟ ਨਹੀਂ ਕੀਤੀ, ਕਿੰਨਾ ਅਤਿਆਚਾਰ ਕੀਤਾ। ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜੇ, ਦਿਲ ਹੀ ਉਦਾਸ ਏ ਜੀ, ਬਾਕੀ ਸਭ ਖੈਰ ਏ। 1984 ਨੇ ਪੰਜਾਬ ਨੂੰ ਗਹਿਰੀ ਉਦਾਸੀ ਦਿੱਤੀ, ਅਤੇ ਉਸ ਗਹਿਨ ਉਦਾਸੀ 'ਚੋਂ ਪੰਜਾਬ ਬਾਹਰ ਨਹੀਂ ਨਿਕਲਿਆ। 17-17 ਸਾਲ ਦੇ ਮੁੰਡੇ ਚੁੱਕ ਕੇ ਜੋਧਪੁਰ ਜੇਲ੍ਹ ਭੇਜ ਦਿੱਤੇ ਗਏ, ਅਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਜੂਨ 84 ਦੇ ਉਹ ਦੌਰ ਦੀ। ਸਾਡੇ ਨਾਲ ਨੇ ਗੁਰਮੀਤ ਸਿੰਘ ਬੁੱਟਰ ਜਿਹੜੇ ਉਦੋਂ 17 ਸਾਲ ਦੇ ਸੀ, ਪਰ ਉਹਨਾਂ ਦੀ ਵੀ ਫੌਜ ਨੇ ਕੋਈ ਨਾ ਸੁਣੀ, ਲੰਬਾ ਸਮਾਂ ਜੇਲ੍ਹ ਕੱਟੀ। ਗੱਲਬਾਤ ਕਰਦੇ ਉਹਨਾਂ ਨਾਲ ਕਿ ਕਿਸ ਤਰ੍ਹਾਂ ਉਹਨਾਂ ਨੇ ਸਭ ਕੁਝ ਦੇਖਿਆ ਔਰ ਕੀ ਹੋ ਰਿਹਾ ਸੀ 1 ਜੂਨ ਤੋਂ 6 ਜੂਨ ਤੱਕ। ਗੁਰਮੀਤ ਜੀ, ਸਵਾਗਤ ਹੈ ਤੁਹਾਡਾ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਗੁਰਮੀਤ ਜੀ, ਤੁਸੀਂ ਕਿੰਨੀ ਉਮਰ ਸੀ? 17 ਸਾਲ ਉਮਰ ਦੱਸ ਰਹੇ ਸੀ ਆਪਾਂ, ਤੁਸੀਂ ਕੀ ਕਰਨ ਆਏ ਸੀ 17 ਸਾਲ ਦੀ ਉਮਰ 'ਚ, ਕਿਵੇਂ ਆਏ ਹੋਏ ਸੀ, ਤੁਹਾਡੇ ਹੱਥ 'ਚ ਵੀ ਕੋਈ 47 ਚੱਕੀ ਹੋਈ ਸੀ, ਕੀ ਹੋਇਆ ਉਦੋਂ? ਮੈਂ ਤਾਂ ਪਹਿਲੀ ਵਾਰੀ ਦਰਸ਼ਨ ਹੀ ਕਰਨ ਆਇਆ ਸੀ ਹਰਿਮੰਦਰ ਸਾਹਿਬ, ਪਹਿਲੀ ਵਾਰੀ ਆਇਆ। ਅਤੇ ਅਸਲ ਪਿੰਡ 'ਤੇ ਮੇਰਾ ਬੁੱਟਰ ਕਲਾਂ ਕਾਦੀਆਂ ਲੱਗੇ, ਅਤੇ ਇੱਥੇ ਅਸੀਂ ਨਵੇਂ ਥਾਂ ਜ਼ਮੀਨ ਲਈ ਹੈ, ਚਗਾਵਾਂ ਲੁੱਪ ਕੇ ਲੱਗੇ, ਜੱਜੀ ਪਿੰਡ ਹੈ। ਅਤੇ ਪਹਿਲੀ ਵਾਰੀ ਫਸਲ ਕਣਕ ਬੀਜੀ ਸੀ, ਅਤੇ ਬਜ਼ੁਰਗਾਂ ਨੇ ਮੈਨੂੰ ਕਿਹਾ ਵੀ ਹਰਿਮੰਦਰ ਸਾਹਿਬ ਚੜ੍ਹਾ ਆਇਆ, ਅਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਤਾਂ ਪਤਾ ਨਹੀਂ, ਮੈਨੂੰ ਆਉਂਦੇ ਵੀ ਤੈਨੂੰ ਚਗਾਵੇ ਤੋਂ ਅਸੀਂ ਬੱਸ 'ਤੇ ਬਿਠਾ ਦਿੰਦੇ ਹਾਂ,
ਅਤੇ ਦਰਬਾਰ ਸਾਹਿਬ ਬੱਸ ਸਟੈਂਡ 'ਤੇ ਜਾ ਕੇ ਅਤੇ ਤੁਸੀਂ ਰਕਸ਼ੇ 'ਤੇ ਰੱਖਿਓ ਆਟਾ ਵਗੈਰਾ ਜੋ ਵੀ ਲੈਂਦਾ ਅਤੇ ਤੁਸੀਂ ਉੱਥੇ ਦਰਬਾਰ ਸਾਹਿਬ ਚੜ੍ਹਾ ਦਿਓ। ਅਤੇ ਫਿਰ ਮੈਂ ਆ ਗਿਆ ਅਤੇ ਦੋ ਕਿੰਨੀ ਤਰੀਕ ਨੂੰ ਆਏ ਤੁਸੀਂ? ਤਕਰੀਬਨ 27 ਮਈ ਨੂੰ ਮੈਂ ਆਇਆ ਅਤੇ ਦੋ ਚਾਰ ਦਿਨ 'ਚ ਮੈਂ ਆਸਤੇ ਆਸਤੇ ਦਰਸ਼ਨ ਕਰ ਰਿਹਾ ਸੀ ਕਿਉਂਕਿ ਮੈਨੂੰ ਪੂਰੀ ਨੌਲੇਜ ਨਹੀਂ ਸੀ ਹੈਗੀ, ਜਾਣਕਾਰੀ ਨਹੀਂ ਸੀ ਹੈਗੀ। ਅਤੇ ਕਰਦਿਆਂ ਕਰਦਿਆਂ ਮੈਂ 1 ਤਰੀਕ ਨੂੰ ਲੰਗਰ ਹਾਲ 'ਤੇ ਗਿਆ, ਉੱਥੇ ਸੰਤ ਜਰਨੈਲ ਸਿੰਘ ਭੜਰਾਲਿਆਂ ਦੇ ਮੈਂ ਦਰਸ਼ਨ ਕੀਤੇ ਨੇ। ਉਹਨਾਂ ਦਾ ਕੋਈ ਭਾਸ਼ਣ ਚੱਲ ਰਿਹਾ ਸੀ ਅਤੇ ਉਸ ਵਕਤ ਹੀ ਗੋਲੀ ਚੱਲਣੀ ਸ਼ੁਰੂ ਹੋ ਗਈ ਅਤੇ ਉੱਥੋਂ ਅਸੀਂ ਬਚਦੇ ਬਚਾਉਂਦੇ ਜਿਹੜੇ ਗੁਰੂ ਲੰਗਰ ਦੇ ਵਿੱਚ ਥੰਮਲੇ ਵਗੈਰਾ ਉਹਨਾਂ ਤੋਂ ਬਚ ਕੇ ਅਤੇ ਮੈਂ ਗੁਰੂ ਰਾਮਦਾਸ ਸਰਾਂ ਦੇ ਵਿੱਚ ਆ ਗਿਆ। ਤੁਹਾਡੇ ਰਿਸ਼ਤੇਦਾਰ ਵੀ ਹਰਿਮੰਦਰ ਸੰਧੂ ਹੋਰ ਤੁਹਾਡੇ ਰਿਸ਼ਤੇਦਾਰ ਸੀਗੇ ਉਹ ਵੀ ਤੁਹਾਨੂੰ ਉੱਥੇ ਮਿਲੇ? ਹਾਂਜੀ ਹਾਂਜੀ, ਹਰਿਮੰਦਰ ਸੰਧੂ ਜਿਹੜੇ ਮੇਰੇ ਮਾਮਾ ਜੀ ਦੇ ਲੜਕੇ ਸੀ ਅਤੇ ਉਹ ਉੱਥੇ ਰੈਸਟ ਹਾਊਸ ਦੇ ਵਿੱਚ ਹੀ ਰਹਿੰਦੇ ਅਤੇ ਮੈਂ ਬਜ਼ੁਰਗਾਂ ਨੇ ਜਿੱਦਾਂ ਕਿਹਾ ਵੀ ਦੋ ਚਾਰ ਦਿਨ ਤੂੰ ਉਹਨਾਂ ਉਹਦੇ ਕੋਲ ਮਿਲ ਗਿਲ ਆਈ ਜਾਂ ਉੱਥੇ ਚੱਲ ਜਾਈ ਅਤੇ ਮੈਂ ਉਸ ਕਰਕੇ ਫਿਰ ਰਿਹਾ ਵੀ ਚਲੋ ਇੱਕ ਤਾਂ ਮੈਨੂੰ ਜਾਣਕਾਰੀ ਹੋ ਜੂਗੀ ਮਿਲ ਗਿਲ ਦਰਸ਼ਨ ਕਰ ਲਵਾਂਗੇ ਸਾਰੇ, ਫਿਰ ਉਹਨਾਂ ਦੇ ਕੋਲ ਰਹਿਣ ਦਾ ਮੈਨੂੰ ਇਹੋ ਹੀ ਫਾਇਦਾ ਸੀ ਵੀ ਉਹਦੇ ਅਤੇ ਉਹ 1 ਤਰੀਕ ਤੋਂ ਗੋਲੀ ਚੱਲ ਗਈ। ਮੁੜ ਕੇ 1 ਤਰੀਕ ਨੂੰ ਮੇਰੇ ਸਾਲਾ ਸਾਹਿਬ ਸ਼ਹੀਦ ਹੋਏ ਨੇ। ਇਹ ਚਲੋ ਬਾਅਦ 'ਚ ਰਿਸ਼ਤਾ ਬਣਦਾ, ਵੈਸੇ 5 ਭੈਣਾਂ ਨੇ ਅਤੇ ਇਕੱਲਾ ਇਕੱਲਾ ਭਰਾ ਸੀ, 17 ਸਾਲ ਦੀ ਉਮਰ ਉਹਨਾਂ ਦੀ ਸੀ। ਅਤੇ ਬਾਅਦ ਦੇ ਵਿੱਚ 2 ਤਰੀਕ ਨੂੰ ਫਿਰ ਕਰਫਿਊ ਲੱਗ ਗਿਆ, 1 ਤੋਂ ਹੀ ਕਰਫਿਊ ਲੱਗ ਗਿਆ ਸੀ। 1 ਤਰੀਕ ਨੂੰ ਕੀ ਹੋਇਆ, ਮਤਲਬ ਤੁਸੀਂ ਕੀ ਦੇਖਿਆ? ਜੇ ਮੈਂ ਕਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਦੇਖਿਆ ਤੁਸੀਂ 1 ਨੂੰ? ਕਿੰਨੇ ਵਜੇ ਸੰਤ ਬੋਲ ਰਹੇ ਸੀ, ਕਿੰਨੇ ਵਜੇ ਤੁਸੀਂ ਉੱਥੇ ਗਏ? ਇਹ ਤਕਰੀਬਨ 10-11 ਵਜੇ ਦਾ ਟਾਈਮ ਹੋਏਗਾ ਵੀ ਮੈਂ ਉੱਥੇ ਗਿਆ ਵਾਂ। ਅਤੇ ਕਿੱਥੇ ਬੋਲ ਰਹੇ ਸੀ ਉਹ? ਲੰਗਰ ਹਾਲ ਦੇ ਉੱਤੇ। ਮੇਰਾ ਖਿਆਲ ਮੈਂ 2-4 ਮਿੰਟ ਹੀ ਕਿਤੇ ਸੁਣਿਆ ਭਾਸ਼ਣ ਅਤੇ ਗੋਲੀ ਚੱਲਣੀ ਸ਼ੁਰੂ ਹੋ ਗਈ ਹੈ ਅਤੇ ਉੱਥੋਂ ਤੋਂ ਫਿਰ ਭੱਜਣਾ ਪੈ ਗਿਆ। 4 ਸਵੇਰੇ ਸੰਗਤ ਫਿਰ ਮਿੰਟੋ ਮਿੰਟੀ ਭੱਜਣੇ ਸ਼ੁਰੂ ਹੋ ਗਏ। 3-4 ਸਿੰਘ ਸ਼ਹੀਦ ਹੋਏ ਨੇ ਉੱਦਣ, ਜਿਨ੍ਹਾਂ ਦੇ ਵਿੱਚ ਸ਼ਹੀਦ ਭਾਈ ਬਲਵਿੰਦਰ ਸਿੰਘ ਚਮਿਆਰੀ ਤੋਂ, ਇਹ ਵੀ ਸ਼ਹੀਦ ਹੋਏ ਨੇ ਉਸ ਦਿਨ। ਅਤੇ ਉੱਥੋਂ ਫਿਰ ਭਗਦੜ ਦੇ ਵਿੱਚ ਹੀ ਆਪਾਂ ਗੁਰੂ ਰਾਮਦਾਸ ਸਰਾਂ ਦੇ ਵਿੱਚ ਆ ਗਏ ਨੇ। ਇੱਥੇ ਮੈਂ ਰਿਹਾ ਵਾਂ 2-3 ਦਿਨ ਜਿਹੜੇ 4 ਦਿਨ ਰਹੇ ਕਿਉਂਕਿ ਕਰਫਿਊ ਲੱਗ ਗਿਆ ਸੀ। 3 ਤਰੀਕ ਨੂੰ ਕਰਫਿਊ ਉਹਨਾਂ ਨੇ ਖੋਲ੍ਹਿਆ 5 ਤੋਂ 7 ਸ਼ਾਇਦ, ਜਾਂ 3 ਤੋਂ 5, ਇਹ ਥੋੜ੍ਹਾ ਜਿਹਾ ਮੈਨੂੰ ਹੈਗਾ ਕਨਫਰਮ ਨਹੀਂ। 7 ਵਜੇ ਮੈਨੂੰ ਹਰਿਮੰਦਰ ਸੰਧੂ ਵੀਰ ਜੀ ਨੇ ਮੈਨੂੰ ਕਿਹਾ ਵੀ ਗੁਰਮੀਤ ਤੂੰ ਚੱਲ ਜਾਣਾ ਸੀ ਰੌਲਾ ਰੱਪਾ ਜਿਹਾ, ਅਤੇ ਮੈਂ ਕਿਹਾ ਠੀਕ ਹੈ ਮੈਂ ਇਸ ਵਕਤ ਨਿਕਲ ਜੂੰਗਾ। ਤੜਕੇ 4 ਵਜੇ 4 ਤਰੀਕ ਨੂੰ ਤੜਕੇ 4 ਵਜੇ ਮੈਂ ਤਿਆਰ ਹੋਇਆ ਅਤੇ ਪਹਿਲਾਂ ਹੀ ਫਾਇਰ ਖੁੱਲ੍ਹ ਗਿਆ, ਬਹੁਤ ਵੱਡਾ ਫਾਇਰ ਸੀ ਜਿਹਦੇ ਨਾਲ ਇੱਕ ਵਾਰੀ ਪੂਰੀ ਜਿਵੇਂ ਧਰਤੀ ਹਿਲਦੀ ਹੈ, ਦਹਿਸ਼ਤ ਬਹੁਤ ਜ਼ਿਆਦਾ ਫੈਲੀ। ਉਹਦੇ ਨਾਲ ਮੈਂ ਕਾਫੀ ਸਹਿਮ ਜਿਹਾ ਗਿਆ, ਸਾਰੀ ਦਿਹਾੜੀ ਮੈਨੂੰ ਤਾਂ ਰੋਟੀ ਵੀ ਨਹੀਂ ਲੰਘਦੀ ਵੀ ਇਹੋ ਜਿਹੇ ਹਾਲਾਤ ਹੋ ਗਿਆ ਵੀ ਕਦੀ ਗੋਲੀ ਚੱਲਦੀ ਨਹੀਂ ਵੇਖੀ ਤਾਂ ਐਡਾ ਉਮਰ 17 ਸਾਲ ਦੀ ਉਮਰ। ਹਾਂਜੀ, ਬਹੁਤ ਮਨ ਜਿੱਦਾਂ ਨਾ ਸਹਿਮ ਜਿਹਾ ਜਾਂਦਾ। ਅਤੇ 4 ਤਰੀਕ ਨੂੰ ਸਾਰੀ ਦਿਹਾੜੀ ਗੋਲੀ ਚੱਲਦੀ ਰਹੀ ਹੈ ਅਤੇ ਜਿਹੜੀ ਗੁਰੂ ਰਾਮਦਾਸ ਸਰਾਂ ਦੇ ਵਿੱਚ ਇੱਕ ਟੈਂਕੀ ਉੱਥੇ ਰੈਗੂਲਰ ਫਾਇਰਿੰਗ ਚੱਲਦੀ ਰਹੀ ਹੈ, ਉਹ ਅਸੀਂ ਉੱਧਰ ਸਾਈਡ ਤੋਂ ਵੱਜਦੇ ਗੋਲੇ ਦੇਖਦੇ ਰਹੇ ਹਾਂ ਜ਼ਿਆਦਾ। ਕਿਉਂਕਿ ਉਹਨਾਂ ਨੇ ਜਿਵੇਂ ਪਾਣੀ ਵਾਲੀ ਟੈਂਕੀ ਜਦੋਂ ਟੁੱਟੀ ਹੈ ਨਾ, ਫਿਰ ਮੈਂ ਹੋਰ ਘਬਰਾ ਗਿਆ। ਉਹਨੂੰ ਪ੍ਰਸ਼ਾਦਾ ਪਾਣੀ ਕਿਤੋਂ ਨਹੀਂ ਮਿਲ ਰਿਹਾ, ਬਾਹਰੋਂ ਸੰਗਤਾਂ ਪਤਾ ਨਹੀਂ ਕਿਸ ਤਰੀਕੇ ਨਾਲ ਪ੍ਰਸ਼ਾਦਾ ਆ ਰਿਹਾ ਅਤੇ ਇੱਕ ਅੱਧਾ ਪ੍ਰਸ਼ਾਦਾ ਵੀ ਜਿਹੜਾ ਉਹ ਲੰਘਣਾ ਔਖਾ ਹੋ ਗਿਆ ਸੀ ਮੈਨੂੰ, ਕਿਉਂਕਿ ਬਚਪਨਾ ਸੀ ਅਤੇ ਡਰ ਹੀ ਇੰਨਾ ਗਿਆ ਮੈਂ, ਹਾਲਾਤ ਇਹੋ ਜਿਹੇ ਹੋ ਗਏ। ਮੁੜ ਕੇ 4 ਤਰੀਕ ਨੂੰ 2-3 ਨੂੰ ਕੀ ਹੋਇਆ ਵਿਚਕਾਰ? 2-3 ਇੱਕ ਤਰੀਕ ਨੂੰ ਤਾਂ ਤੁਸੀਂ ਸੁਣ ਰਹੇ ਸਪੀਚ ਗੋਲੀ ਚੱਲੀ, 2-3 ਨੂੰ ਤੁਸੀਂ ਕਿੱਥੇ ਰਹੇ? ਮਤਲਬ ਉੱਥੇ ਸਰਾਂ 'ਚ ਹੋਰ ਕਿਤੇ ਜਾਏ ਨਹੀਂ ਗਿਆ, ਗੋਲੀ ਇੰਨੀ ਚੱਲਦੀ 4 ਸਵੇਰੇ। ਉਦੋਂ ਕੌਣ ਕੌਣ ਸੀ ਸਰਾਂ 'ਚ? ਸਰਾਂ 'ਚ ਹੋਰ ਤਾਂ ਕੋਈ ਤਾਂ ਪਤਾ ਨਹੀਂ, ਮੈਂ ਤਾਂ ਰੂਟੀਨ ਨਵਾਂ ਸੀ, ਤੁਸੀਂ ਮਤਲਬ ਮੈਨੂੰ ਕਿਸੇ ਦੀ ਵਾਕ ਵੀ ਨਹੀਂ ਹੈਗੀ। ਮੈਂ ਅੜੇ ਸਾੜੇ ਕਦੀ ਕਿਤੇ ਵੜ ਗਿਆ, ਕਦੀ ਸਾਡੇ ਨਾ ਉੱਥੇ ਇੱਕ ਅਲਮਾਰੀਆਂ ਨੇ ਸਰਾਂ 'ਚ ਅਲਮਾਰੀਆਂ, ਅਤੇ ਜਿਨ੍ਹਾਂ ਨੂੰ ਮਤਲਬ ਲੋਕਰ ਮਿਲ ਜਾਂਦਾ ਆਮ ਕੋਈ ਸਮਾਨ ਰੱਖਣ ਨੂੰ, ਅਤੇ ਉੱਧਰ ਆਟੇ ਵਾਲੀਆਂ ਬੋਰੀਆਂ ਲੱਗੀਆਂ। ਮੈਂ ਤਾਂ ਉੱਧਰ ਆਟੇ ਵਾਲੀਆਂ ਬੋਰੀਆਂ 'ਚ ਕੋਈ 3-4 ਸੰਗਤ ਦੇ ਜਿਵੇਂ 1-2 ਬਜ਼ੁਰਗ ਸੀ, 1-2 ਮਾਤਾ ਸੀ, ਅਤੇ ਮੈਂ ਤਾਂ ਉੱਧਰ ਹੀ ਲੁਕਿਆ ਰਿਹਾ ਵਾਂ 2-3 ਦਿਨ, ਉੱਥੇ ਵੜ ਜਾਣਾ ਆਣ ਕੇ, ਅਤੇ ਹੋਰ ਕੋਈ ਮਿਲਦਾ ਹੀ ਨਹੀਂ ਵੀ ਕਿਤੇ ਵੀ ਭਗਦੜੀ 4 ਸਵੇਰੇ ਮੱਚੀ ਸੀ। ਅਤੇ 4 ਤਰੀਕ ਨੂੰ ਮਤਲਬ 3 ਨੂੰ ਵੀ ਇੱਦਾਂ ਹੀ ਵਿੱਚੋਂ ਗੋਲੀ ਚੱਲੀ ਜਾਣੀ, ਵਿੱਚੋਂ ਇੱਦਾਂ ਮਤਲਬ 4 ਸਵੇਰੇ
देखते रहना सरां चो बाहर तो अं जा नहीं सकते क्योंकि गोली तो मीह वगू आती पता ही नहीं भी किहड़ी साइड तो गोली आ जानी तो डर के भी इस हिसाब नाल खलो जाइदा भी कितने गोली वजे ना कितने वज ना जाए ज किस तरह तो दोनों भी तीन भी इस तरह ही रहा तीन भी करफ्यू मुड़ के 2 घंटे खुला वो मैनू नहीं पता लगता जे हो सकता मैं फिरया तुरै हों चुस्त हों तो मैं निकल जाता तो वह भी शाम को मुड़ के मैं रेस्ट हाउस के मैं उत्ते अपने हरमिंदर संधु वीर जी को ठहरिया दिहाड़ी तो उत्थे मैं उन्होंने 4-3 तरीक में शामी कहा भी गुरमीत तू चल जाना सी तो मैं कहा मैनू तो पता नहीं तो मैं सवेरे निकल जूँगा इन्नी गल जरूर हुई है। फिर 4 तरीक में मेरा उन्होंने मिलाप ही नहीं हो सारी दिहाड़ी फायरिंग चलती रही 5 दिन भी चलती रही है। 5 दी रात में मैं फिर इधर लॉकर जिते बोरियाँ इधर आए 5 दी रात में फौज आई है रात को 10-11 बजे फौज आ गई जो अंदर चार छोड़ फिर जड़ी साइड ते असी बड़े मैं तो बोरिया दत्थां वड़ गया तो ग्रनेड सुटिया एक फौज ने साडे लागे एक दो बजुर्ग गुजरे ने उन्होंने गुजर गए मेरे सिर्फ अर्क तो एक थोड़ा जहा निशान लगा बाकी मैनू कुछ नहीं होया। फिर सवेरे अं उतो झाक के देखा भी ग्रनेड जो सुटे हाँ जी ओरी मौत हो गई हाँ जी हाँ जी की देखा उदो ग्रनेड मतलब कि सुटिया वह की मतलब कमरे च कि सुटिया सीगा नहीं वो खुला हाल है जिते लॉकर है ना वो खुला हाल है उत्थे सी मैं सुनिया भी ग्रनेड है मैनू नहीं पता मैं तो धमाका ही सुनिया भी देखने बाद जो एक दो जो बचे ने वो दस दे भी ग्रनेड सुटिया सी किन्ने तुहाडे सामने मौत हुई हाँ जी किन्ने जाने दी एक दो बजुर्ग ही सी बस एक जां दो सी पक्का नहीं मैं ना ज़्यादा लुक लग के ही रहा मैनू हुंदा भी मैनू ना कुछ होए जा जिवें डर जा इन्ना हो गया सहम ही इन्ना हो गया ना ते फिर 4 तरीक नूं हाँ जी ये 4 तरीक की गल है 4 नूं भी सारी दिहाड़ी इदां ही फिर के बस उस सरां दे विच विच ही देखते रहे ना टैंकी वल ज़्यादा देखते रहे भी इत्थे क्यों गोले वज्जण वो फिर जदों टुट्टी ना शामी 5 बजे जाके पानी एकदम से जदों वो फिर सरां दे विच नीवां थां सी हुंदा पहलां हुण ते बराबर लैवल करता ना पहला 3 फुट नीवा हुंदा सी जिथे इशनान करदियां संगतां वो सारा पानी उत्थे इकट्ठा हो गया तो 4 तरीक नूं शाम नूं संस्कार भी उत्थे दोवां तिन्नां बजुर्गां दे उत्थे कीते ने इक्के थां तो वो पहला संस्कार किए ने 1 तरीक में सच वो 1 तरीक में संस्कार किए से 4 तरीक में फिर वो पानी इकट्ठा हो गया तो राख भी बिचे ही मिल गई तो 5 तरीक में भी फिर इस तरह चलती रही गोली तो सारी दिहाड़ी इस तरह ही लंघ गई तो शाम को जाके असी रात को 10 बजे जी फौज आ गई अंदर फिर तो चीक चहाड़ा ही मच गया ना जिन्हें कमरिया के उन्होंने बमबारी की सवेरे ही उठ के 6 तरीक में जो अं गिरफ्तार होए ना सानू गिरफ्तार किया वह भी अं एक झरने जे था देखे भी सरां के अंदरले बन्ने तो वो गिरफ्तार किए फिर अं 2-3 बीबिया 2 बीबिया सी तो एक अद्धा बटाले का बटाले वाल तो सैड तो मुंडा सी सियानी उम्र ची तो एक अद्धा बजुर्ग अं फिर सानू अं बाहर निकले तो सानू उन्होंने फौज ने हैंडसअप कराती हाथ खड़े करके आ जाओ 5-4 जने फिर वो सारे लीड़े लवा देंदे सिर्फ एक कशहरा रहन देंदे तो कृपान भी लवा देंदे सारा तो जदों फिर मुड़ के वो गिरफ़्तार कर लेंदे उत्थे बिठाए सी होर बंदे काफ़ी तो मैं जदों तह चढ़न लगा तो एक फौजी ने बड़े जोर च बूट मारिया मैं पिछे हो गया फिर मैं भज के तो चढ़ गया विच बह जा के बह गया वो होर नहीं कुछ फिर मैं सामने ये देखा वो जड़ा एरिया सी ना सरां दा विच मावां मरिया ते निके निके बच्चे उत्ते मरे चुक चुक कंधा ना मारे बच्चे उन्होंने मतलब कंधा नूं खून लगा है ते बच्चों का बुरा हाल निके निके बच्चे जड़े मतलब दुध चुंघदे बच्चे ने उदो मन है जिवें ना पत्थर जिहा हो जांदा वेख के भी चार छिरे मौत ही मंडरा रही है की बन गया। 1 तरीक में जोड़े उस जगह संस्कार उत्थे पानी इकट्ठा हो गया सारा टैंकी का पानी उत्थे आ गया नीवें थां ते इन्नी गर्मी सी ना वो जोड़ा संस्कार वाला पानी नहीं वो पीता सी बाटे भर भर के वो हाए तरले लैन लो गर्मी इन्नी सी मुड़ के शामी जदों पंजाब पुलिस आई है ना लाशां चुकन वास्ते उदों साडे बंदे ने आखिया भी लाशां अहीं चुकदे तुसीं सानूं साफ पानी पिया दो लिया के
फिर पंजाब पुलिस ने बड़ी सेवा की, उन्होंने टप भर भर के ना पानी लिया गए। तो मेरा ख्याल है भी उस जगह पर हूँ आए वाले मैं गिनती कोई 300-400 बंदा हो 500 जिन्ना भी इकट्ठा होया होगा, उन्होंने बिच भी लाशा पईयां है जिन्हें च अं बैठे हाँ। तो वो पानी एक कौला जो पीते ही उस वे मतलब फिर सानू जिदा अग जी लगती भी सानू होर पानी चाहिए, सारी दिहाड़ी पानी का बुरा हाल। तो रात को उन्होंने 8 बजे फिर सानू कढ़ के खड़ना शुरू किया, दोनों साइडां ते फौज सी खड़ी ते विच दी सानू नंगाउंदे, वो फिर बट मारदे सी ते बुरा हाल करदे। उदों फिर मेरे भी एक बट मारिया, एक ने आंदा ले लिया खालिस्तान, तो मैं भज के मतलब अगे लंघ गया। तो वो दोनों साइडां ते पुलिस फौज खलोती करके ना बट मार मार के ही मतलब नंगाउंदे सी, ते गां फिर बसां लाइया सी, ते बसां दे विच भी इन्ने क बंदे वाड़ दिंदे सी भी जिते 52 सीटर है उत्थे मेरा ख्याल आ भी 120-119-120 इन्ने इन्ने बंदे वाड़ दे, जो उत्थे भी बस दे विच तरले लैन लोग विलकण, हर पासे हाए हाए हो क्योंकि प्यास गर्मी इन्नी सी भी प्यास बार बार लगती सी। होर नहीं कोई, तो जे कोई जिवें अं उत्थे अंदर भी लुके रहे ना आटे वाली बोरियां, उत्थे भी कोई बजुर्ग निहंग सिंह टाइप से उहदे कोल गंढे गुंडा सी, उन्हें थोड़ा थोड़ा ना सारे नूं गंढा देना थोड़ा छिल के प्या मूँह च पा लो जिद ना मूँह गिला हो जाए। संघ भी सुकदे सी, पता नहीं मतलब इन्नी दहशत जी बनी भी बन की दिया, अं आए गुरु घर मत्था टेकन आए तो ये की हालात बने, मन पत्थर जे हो गए सी ना, रोन आउंदा सी बन की दिया सी, मतलब ए महसूस करते हैं भी जिदा मौत साढ़े सामने आ भी एक किसी वेले भी आ सकती है। ये साढ़े बैठे बैठे हैं एक भोरे के विचों घट्टो घट 150 बंदा निकलिया होना लाइन लग सारे बिठाता, वो फौज उतली मंजिल से खड़े सी उत्ते भी तो थले भी उन्हें गन्ना बीड़िया, तो मिनटों मिनटी उत्तों ग्रनेड मार मार जां ग्रनेड ला लो बंब ला लो जो भी मैनू हुण इह ते बाद च सुनी दा ना भी कोई ग्रनेड सी जां किदां, वो मार मार के इन्होंने डाते साढ़े हुंदे 150 बंदा, किसी की बांह किसी की लत्त किसी का सिर कितें मतलब ये हिला रहा कि खून ही खून है। जिदा अं पिछले जमाने सुनते हुए इतिहास भी अबदाली वेले जां सिखां दा की होया जां घल्लू घरे होए आ, वो चीज़ां अहीं अखी देखियां ने, वो भुल नहीं सकते सारी जिंदगी जो वरतारा वरत्या। यह जो कुछ होर भी देखा तुसी जिवें तुसी कहो 150 बंदे नूं? हाँ जी, नहीं होर नहीं, मैं रहा ही इन्ने क दायरे च ना, मैं बाहर नहीं कितें भी जा सकिया क्योंकि मैनूं भेत ही नहीं सी हैगा, नवा नवा बंदा बचपन सी अजे पहली बारी मैं दरबार बस चढ़ा के कित्थों लै गए? हाँ जी बस चढ़ा के एक ना एक स्कूल सी इत्थे आ कचहरी दे लागे ही है कोई स्कूल, मैनूं हुण नां नहीं पता, वो है फौज दा ही सी जिहदे विच उन्होंने सानूं इत्थे बंद किया। इत्थे फिर 6 तरीक नूं आण के हरमिंदर संधू मैनूं मिले ने, है ना 7 नूं 6 नूं तो उन्हें गिरफ़्तार करके सानूं लिआंदा, तो 7 नूं मैनूं 6 नूं शायद शाम नूं मैनूं एक बारी मिल गए हरमिंदर संधू, तो मैनूं कहे गुरमीत मेरा नाँ ना लई, जे मेरा नाँ लिया तो तैनूं कुट बहुत पैनी है। तो मैं कहा ठीक है, क्योंकि मैनूं उहदे बारे हरमिंदर संधू ठीक है रिश्तेदार जरूर है पर मैनूं नॉलेज नहीं सी हैगी कि वह किहो जिहे ने की उन्हां दा मतलब सिस्टम है किदां चल रहे ने जां किदां, उहदे बारे मैनूं कोई क्योंकि मैं आया अजे 3-4 दिन ही होए सी। हाँ जे कितें महीना पहला रहा हुंदा तो हो सकता मैनूं पूरी नॉलेज हुंदी, तो वह मैनूं इन्ना क कह गए काली काली च कि गुरमीत मेरा नाँ ना तू वरती, जे मेरा नाँ लिया तैनूं कुट बहुत पऊगी। वो अखीर तो पहला तो मैं ना ही ना लिया, इनू सेंटर वाला सुभाव मेरा इन्ना सी भी जदों CBI वो पता नहीं CID जे उन्होंने उत्थे शुरू करती इनक्वायरी, फिर कल्ले कल्ले खड़ के तो सारी सारी दिहाड़ी पुछगिछ करनी टॉर्चर करना, तो उन्होंने पुछगिछ करी जानी जिवें मतलब तेरा माँ प्यो का नाँ तेरे मामे किन्ने आ सारा मासियाँ किन्नी, वो कल्ली कल्ली हिस्ट्री पुछदे सी तू पढ़िया किन्ना आ तेरा, वो हुण मैनूं आखण भी तेरी उम्र होनी है 16 साल होनी है, मैं कहा नहीं मेरी 17.5 साल है। मैं फिर सर्टिफिकेट के हिसाब से दसदा, मैं ये भी मैं कहा जे मैं इन्हों झूठ दसा तो एक तो मेरा सर्टिफिकेट ना वेख लड़ जाके, तो मैं फिर असलीत दसनी भी मेरी 17.5 साल उम्र हैगी है। तो उस हिसाब ना उन्हें पुछद पुछद मैनू कहते भी मामे के नाँ लिखा,
ਜਦੋਂ ਮਾਮੇ ਦੇ ਨਾਂ ਲਿਖਾਇਆ, ਜਦੋਂ ਦਲ ਸਿੰਘ ਸੰਧੂ ਦਾ ਨਾਂ ਲਿਖਾਇਆ ਅਤੇ ਉਹ ਕਹਿੰਦੇ ਲੈ ਹੁਣ ਤੂੰ ਸਭ ਕੁਛ ਦੱਸੇਗਾ। ਫਿਰ ਇਹ ਉਹਦੇ ਦੋ ਮੁੰਡੇ ਆ ਨਾ, ਪੁਕਾਰ ਸਿੰਘ ਸੰਧੂ ਅਤੇ ਹਰਮਿੰਦਰ ਸੰਧੂ। ਮੈਂ ਹਾਂਜੀ ਹੈਗੇ ਉਹ ਅਜੇ ਮੈਨੂੰ ਉੱਥੋਂ ਫਿਰ ਮੈਨੂੰ ਕੁੱਟ ਪੈਣੀ ਸ਼ੁਰੂ ਹੋ ਗਈ। ਫਿਰ ਉਹਨਾਂ ਫਿਰ ਮੈਨੂੰ ਆਖਣ ਵੀ ਤੈਨੂੰ ਤੂੰ ਸਭ ਕੁਛ ਦੱਸੇਗਾ ਹੁਣ। ਅਤੇ ਮੈਂ ਕਿਹਾ ਵੀ ਮੈਂ ਵੇਖਿਆ ਹੀ ਕੁਝ ਨਹੀਂ, ਮੈਂ ਦੱਸਣਾ ਕੀ ਆ। ਅਤੇ ਉਹ ਫਿਰ ਇਨਕੁਆਇਰੀ ਚੱਲਦਿਆਂ ਚੱਲਦਿਆਂ ਮੈਨੂੰ ਆਉਂਦੇ ਵੀ ਸੀ ਬੀ ਆਈ ਸੀ ਅਤੇ ਉਹ ਫਿਰ ਉਹਨਾਂ ਸਕੂਲ ਤੋਂ ਉਹਨਾਂ ਸਾਨੂੰ ਕੈਂਪਾਂ 'ਚ ਸ਼ਿਫਟ ਕਰਤਾ। ਕੈਂਪਾਂ 'ਚ ਅਸੀਂ 3 ਮਹੀਨੇ ਰਹੇ ਨੇ ਅਤੇ ਉਹਦੇ ਵਿੱਚ ਸਾਰੀ ਸਾਰੀ ਦਿਹਾੜੀ ਜਦੋਂ ਲੈ ਜਾਣਾ, ਫਿਰ ਉਹਨਾਂ ਮੈਨੂੰ ਜ਼ਿਆਦਾ ਇਹ ਵੀ ਨਹੀਂ, ਮੈਨੂੰ ਘੋਟਣਾ ਦੂਜਾ ਲਾਇਆ। ਕਈ ਤਾਂ ਲੱਤਾਂ ਖਿੱਚ ਕੇ ਲਾਉਂਦੇ ਸੀ ਨਾ ਉਹਨਾਂ ਦੇ, ਮੈਨੂੰ ਲੰਮੇ ਪਾ ਕੇ ਅਤੇ ਇਹਦੇ ਵਿੱਚ ਘੋਟਣਾ ਦੇ ਕੇ ਅਤੇ ਉੱਤੋਂ ਦਬਾਉਣੀਆਂ ਲੱਤਾਂ ਨੂੰ, ਪੈਰਾਂ ਨੂੰ ਠਾਹ ਨੂੰ ਦਬਾਉਣਾ, ਇਹ ਤਾਂ ਕਰਦੇ ਰਹੇ। ਅਤੇ ਜਾਂ ਫਿਰ ਮੇਰੀ ਉਹਨਾਂ ਨੇ ਲੱਤਾਂ ਖੜੀਆਂ ਕਰਾ ਦੇਣੀਆਂ ਕੰਧ ਨਾਲ, ਥੱਲੇ ਬਾਂਹ ਕਰਕੇ ਤਾਂ ਉਹਨੂੰ ਕੰਧ ਨਾਲ ਲੱਗਾ ਰਹੋ, ਇਸ ਤਰ੍ਹਾਂ ਕਰਕੇ। ਅਤੇ ਫਿਰ ਜਦੋਂ ਥੱਕ ਜਾਣਾ, ਡਿੱਗ ਪੈਣਾ, ਫਿਰ ਉਹਨਾਂ ਨੇ ਕੁਰਸੀ ਦੀ ਬਾਹੀ ਤੋੜ ਲੈਣੀ, ਉਹ ਫਿਰ ਉਹ ਮਾਰਨੀ ਜਿੱਥੇ ਜੀ ਕੀਤਾ ਮਾਰ ਦੇਣੀ, ਇੱਦਾਂ ਜ਼ਿਆਦਾ ਕਰਦੇ ਰਹੇ ਨੇ ਮੈਨੂੰ। ਫਿਰ ਮੈਂ ਨਾ ਘਬਰਾ ਜਿਹਾ ਗਿਆ ਅਤੇ ਮੈਨੂੰ ਫਿਰ ਅਖੀਰਲੇ ਦਿਨ ਜਿੱਦਣ ਉਹਨਾਂ ਹਰਮਿੰਦਰ ਸੰਧੂ ਬਾਰੇ ਜ਼ਿਆਦਾ ਮੈਨੂੰ ਪੁੱਛਦੇ, ਮੈਨੂੰ ਉਹਨਾਂ ਨੇ ਕਹਿਣਾ ਵੀ ਉਹ ਹਰਮਿੰਦਰ ਸੰਧੂ ਕੋਲ ਰਿਵਾਲਵਰ ਹੈਗਾ ਸੀ। ਮੈਂ ਕਿਹਾ ਵੀ ਚਲੋ ਜੇ ਤੁਸੀਂ ਕਹਿੰਦੇ ਹੋ ਤਾਂ ਹੈਗਾ ਸੀ, ਤਾਂ ਫਿਰ ਹੈਗਾ ਲਿਖ ਲੈ, ਲਿਖ ਦੇਣਾ ਮੈਂ ਹੈਗਾ ਸੀ। ਹੁਣ ਮੈਂ ਕਿਹਾ ਮੈਂ ਤਾਂ ਰਿਵਾਲਵਰ ਦੇਖਿਆ ਨਹੀਂ, ਕਿਉਂਕਿ ਮੈਂ ਕਿਹਾ ਮੈਨੂੰ ਤਾਂ ਅਜੇ ਚਾਰ ਦੇਣੀ ਹੋਏ ਸੀ ਆਏ ਨੂੰ। ਫਿਰ ਉਹਨਾਂ ਪੁੱਛਣਾ ਕਿੱਥੇ ਮੋਰਚੇ ਸੀ, ਜੇ ਅੰਮ੍ਰਿਤ ਛਕਿਆ ਤਾਂ ਵੀ ਕੁੱਟ ਪੈਣੀ, ਜੇ ਨਹੀਂ ਛਕਿਆ ਤਾਂ ਕਿਉਂ ਨਹੀਂ ਛਕਿਆ, ਤੁਸੀਂ ਉੱਥੇ ਪਿੰਡਰਾਲੇ ਕੋਲ ਰਹਿੰਦੇ। ਮਤਲਬ ਚਾਰ ਫਿਰਿਆ ਤੁਹਾਡਾ ਅੰਮ੍ਰਿਤ ਛਕਿਆ ਸੀ? ਹਾਂਜੀ, ਉਦੋਂ ਮੈਂ ਛਕਿਆ, ਮੈਂ 82 'ਚ ਛਕਿਆ ਸੀ ਅੰਮ੍ਰਿਤ, 2 ਸਾਲ ਪਹਿਲਾਂ ਛਕਿਆ ਸੀ। ਉਦੋਂ ਮੈਂ 10ਵੀਂ 'ਚ ਪੜ੍ਹਦਾ ਸੀ ਬੁੱਟਰ ਕਲਾਂ ਪਿੰਡ 'ਚ, ਉੱਥੇ ਮੈਂ ਛਕਿਆ, ਪਿੰਡ ਹੀ ਛਕਿਆ ਸੀ 82 'ਚ। 84 'ਚ ਅਤੇ ਫਿਰ 83 'ਚ ਅਸੀਂ ਉੱਥੋਂ ਜ਼ਮੀਨ ਵੇਚ ਕੇ ਇੱਥੇ ਲੈ ਲਈ ਨਾ, ਜੱਜੇ ਮੋੜੇ ਸਾਡਾ ਪਿੰਡ ਹੈ। ਫਿਰ ਮਤਲਬ ਫਿਰ ਜੋਧਪੁਰ ਜੇਲ੍ਹ ਗਏ, ਟੋਰਚਰ ਉਦੋਂ ਵੀ ਹੋਇਆ, ਜੇਲ੍ਹ 'ਚ ਵੀ ਹੋਇਆ, ਕੀ ਹੋਇਆ ਫਿਰ? ਇੱਦਾਂ ਹੋਇਆ ਵੀ ਮੁੜ ਕੇ ਫਿਰ ਸਾਨੂੰ ਇਹਨਾਂ ਨੇ ਨਾਭਾ ਜੇਲ੍ਹ 'ਚ ਸ਼ਿਫਟ ਕੀਤਾ ਨਾ। ਨਾਭੇ ਜੇਲ੍ਹ ਦੇ ਵਿੱਚ ਫਿਰ ਸਾਨੂੰ NSA ਲਾ ਦਿੱਤੀ, ਇਹਨਾਂ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ ਸੀ। ਪਹਿਲਾਂ ਤਾਂ 2-3 ਮਹੀਨੇ ਵਧੀਆ ਰਾਸ਼ਨ ਪਾਣੀ ਵੀ ਮਿਲਦਾ ਰਿਹਾ, ਅਤੇ ਮੁੜ ਕੇ ਬਾਅਦ 'ਚ ਉਹਨਾਂ ਨੇ ਥਾਣੇ ਵਾਲਿਆਂ ਨੇ ਇਨਕੁਆਇਰੀ ਸ਼ੁਰੂ ਕਰਤੀ। ਥਾਣੇ ਵਾਲੇ ਆ ਜਾਂਦੇ ਸੀ ਅਤੇ ਉਹਨਾਂ ਨੇ ਫੋਟੋਆਂ ਵਿਖਾਉਣੀ, ਜਿਹੜੇ ਸਾਡੇ ਬੰਦੇ ਉੱਥੇ ਰਹਿ ਰਹੇ ਸੀ ਨਾ ਇਕੱਠੇ। ਹੁਣ ਕਈ ਵਾਰੀ ਹੁੰਦਾ ਵੀ ਨਵੇਂ ਸਿਰੋਂ ਵਾਕ ਵੀ ਹੋ ਜਾਂਦੀ ਜਿਹੜੇ ਬੰਦੇ ਰਹਿੰਦੇ ਹੋਏ ਇਕੱਠੇ। ਇੱਕ ਮਾਨਾ ਵਾਲਾ ਸਾਡੇ ਲਾਗੇ, ਤੂੰ ਬਜ਼ੁਰਗ ਸੀ ਇੱਕ, ਅਤੇ ਉਹਦੇ ਨਾਲ ਮੈਂ ਰਹਿੰਦਾ, ਤੂੰ ਮੈਨੂੰ ਥਾਣੇਦਾਰ ਫੋਟੋ ਵਿਖਾਵੇ ਵੀ ਆ ਇਹਨੂੰ ਜਾਣਦਾ। ਮੈਂ ਕਿਹਾ ਵੀ ਨਹੀਂ, ਇਹਨੂੰ ਨਹੀਂ ਮੈਂ ਜਾਣਦਾ। ਉਹਨੇ ਉਦੋਂ ਮੇਰੇ 2-3 ਲਾਈਆਂ, ਤੂੰ ਕਹਿੰਦਾ ਇਹਨੂੰ ਜਾਣਦਾ ਕਿਉਂ, ਤੇਰੇ ਨਾਲ ਤਾਂ ਸੌਂਦਾ। ਮੈਂ ਕਿਹਾ ਪਹਿਲਾਂ ਤਾਂ ਨਹੀਂ ਨਾ ਮੈਂ ਜਾਣਦਾ, ਹੁਣ ਮੈਂ ਨਾਲ ਜਾਣ, ਹੁਣ ਤਾਂ ਇਕੱਠੇ ਰਹਿੰਦੇ ਹਾਂ, ਹੁਣ ਤਾਂ ਮੈਂ ਉਹਨੂੰ ਜਾਣਦਾ ਹੀ ਹਾਂ। ਜਰਨੈਲ ਸਿੰਘ ਬਾਪੂ ਦਾ ਨਾਂ ਸੀ। ਅਤੇ ਉਹ ਇੱਦਾਂ ਕਰਕੇ ਮਤਲਬ ਥਾਣੇ ਵਾਲਿਆਂ ਵੀ ਮੁੜ ਕੇ ਥੋੜ੍ਹਾ ਜਿਹਾ ਟਾਰਚਰ ਇਹ ਕੀਤਾ। ਉਸ ਤੋਂ ਬਾਅਦ ਉਹ ਹਟੇ ਅਤੇ ਫਿਰ ਇਹਨਾਂ ਨੇ ਲੱਡਾ ਕੋਠੀ ਸੈਂਟਰ ਬਣਾਇਆ ਸੰਗਰੂਰ 'ਚ, ਮੈਨੂੰ ਫਿਰ ਉੱਥੇ ਖੜਿਆ। ਅੱਛਾ, ਉੱਥੇ ਜਿਹੜੇ ਬਜ਼ੁਰਗਾਂ ਦੇ ਨਾਲ ਰਹਿੰਦਾ ਹੈ ਨਾ, ਮੈਨੂੰ ਬਜ਼ੁਰਗਾਂ ਨੇ ਫਿਰ ਪੱਕਾ ਕੀਤਾ। ਉਹਨੇ ਆਖਿਆ ਤੂੰ ਸ਼ੇਰ ਬਣ, ਤੂੰ ਤੂੰ ਕਿੱਦਾਂ ਨਾ ਫਿਰ ਹਰਮਿੰਦਰ ਸਿੰਘ ਤੂੰ ਨੇ ਰਿਵਾਲਵਰ ਪਾਇਆ, ਤੂੰ ਵੇਖਿਆ ਹੈ? ਮੈਂ ਕਿਹਾ ਵੇਖਿਆ ਤਾਂ ਨਹੀਂ, ਪਰ ਉਹਨਾਂ ਮੈਨੂੰ ਧੱਕੇ ਦਾ ਮਨਾਇਆ ਵੀ ਤੂੰ ਲਿਖ ਵੀ ਉਹਨਾਂ ਰਿਵਾਲਵਰ ਪਾਇਆ ਸੀ ਹਰਮਿੰਦਰ ਸਿੰਘ ਨੇ। ਅਤੇ ਮੈਂ ਕਿਹਾ ਮੈਂ ਕਿਹਾ ਤਾਂ ਵੀ ਠੀਕ ਹੈ, ਮੈਂ ਲਿਖ ਦੇਣਾ ਵੀ ਰਿਵਾਲਵਰ ਪਾਇਆ, ਮੈਂ ਕਿਹਾ ਮੈਂ ਤਾਂ ਵੇਖਿਆ ਨਹੀਂ। ਅੱਛਾ, ਤੂੰ ਆਉਂਦੇ ਬਜ਼ੁਰਗਾਂ ਨੇ ਮੈਨੂੰ ਇੰਨਾ ਕੁ ਪੱਕਾ ਆਉਂਦਾ, ਕਾਕਾ ਕੁੱਟ ਖਾਣੀ ਸਿੱਖੀ ਦੀ ਹੁੰਦੀ ਆ, ਅੱਗੋਂ ਗਾਲਾਂ ਕੱਢੀ ਦੀਆਂ ਹੁੰਦੀਆਂ, ਤੂੰ ਤਗੜਾ ਹੋ। ਉਹਨਾਂ ਮੈਨੂੰ ਇੰਨਾ ਕੁ ਤਗੜਾ ਕਰਦਾ ਵੀ ਜਦੋਂ ਲੱਡਾ ਕੋਠੀ ਖੜਿਆ ਉੱਥੇ, ਫਿਰ ਮੈਂ ਵੇਰ ਗਿਆ। ਮੈਂ ਕਿਹਾ ਮੈਂ ਜਦੋਂ ਰਿਵਾਲਵਰ ਵੇਖਿਆ ਨਹੀਂ, ਮੈਂ ਕਿਹਾ ਇਹ ਮੈਨੂੰ ਉਹਨਾਂ ਧੱਕੇ ਨਾਲ ਲਿਖਾਇਆ CBI ਵਾਲਾ ਵੀ ਲਿਖ ਇੱਥੇ ਵੀ ਰਿਵਾਲਵਰ ਹੈਗਾ ਸੀ। ਅਤੇ ਮੈਂ ਕਿਹਾ ਮੈਂ ਲਿਖ ਦਿੰਦਾ ਫਿਰ, ਕਿਉਂਕਿ ਮੈਂ ਕੁੱਟ ਮੈਨੂੰ ਕੁੱਟ ਪੈਂਦੀ, ਫਿਰ ਮੈਂ ਕੀ ਕਰਦਾ? ਫਿਰ ਮੰਨ ਗਏ ਲੱਡਾ ਕੋਠੀ ਵਾਲੇ? ਫਿਰ ਲੱਡਾ ਕੋਠੀ ਨਹੀਂ ਮੈਂ ਮੰਨਿਆ, ਉੱਥੇ ਮੈਂ ਵੇਰ ਗਿਆ। ਮੈਂ ਕਿਹਾ ਮੈਂ ਨਹੀਂ ਰਿਵਾਲਵਰ ਵੇਖਿਆ ਹੀ ਨਹੀਂ, ਮੈਂ ਕਿਹਾ ਕਿੱਦਾਂ ਮੈਂ ਮੰਨ ਜਾ? ਉਹ ਕਹਿੰਦੇ ਫਿਰ ਤੂੰ ਪਹਿਲਾਂ ਕੋਈ ਲਿਖ ਦਿੱਤਾ। ਮੈਂ ਕਿਹਾ ਉਹਨਾਂ ਧੱਕੇ ਨਾਲ ਲਿਖਾਇਆ, ਉਹ ਕਹਿੰਦੇ ਸੰਧੂ ਨੇ ਰਿਵਾਲਵਰ ਪਾਉਂਦਾ ਸੀ। ਮੈਂ ਕਿਹਾ ਮੈਂ ਵੇਖਿਆ ਨਹੀਂ, ਮੈਂ ਕਿੱਥੇ ਪਾਉਂਦਾ ਵੇਖਿਆ। ਮੈਂ ਕਿਹਾ ਫਿਰ ਜੋਧਪੁਰ ਜੇਲ੍ਹ ਦੇ ਅੰਦਰ 5 ਸਾਲ ਰਹੇ? ਹਾਂਜੀ, ਨਹੀਂ 4 ਸਾਲ 1 ਮਹੀਨਾ ਜੋਧਪੁਰ ਜੇਲ੍ਹ 'ਚ। ਜੋਧਪੁਰ ਜੇਲ੍ਹ 'ਚ ਕੋਈ ਟੋਰਚਰ ਹੋਇਆ ਉੱਥੇ? ਕੀ ਹੋਇਆ? ਨਹੀਂ, ਉੱਥੇ ਟਾਰਚਰ ਨਹੀਂ ਹੋਇਆ ਜੀ, ਉੱਥੇ ਤਕਰੀਬਨ ਇਹ ਹੋਈ ਸੀ ਵੀ ਰੋਟੀ ਪਾਣੀ ਖਾਣ ਪੀਣ ਥੋੜ੍ਹਾ ਜਿਹਾ ਰਹਿਣ ਸਹਿਣ ਮਾੜਾ ਸੀ। ਜਿਵੇਂ ਸਵੇਰ ਦੀ ਦਾਲ ਤਾਂ ਤਕਰੀਬਨ ਠੀਕ ਵੀ ਹੁੰਦੀ ਸੀ, ਉਹਦੇ 'ਚ ਕੇਵਲੇ ਰੋਡ ਵਗੈਰਾ ਆਉਂਦੇ ਸੀ। ਜਿਹੜੀ ਰਾਤ ਦੀ ਸਬਜ਼ੀ ਨਾ, ਉਹ ਪਤਾ ਨਹੀਂ ਕਿੱਥੋਂ ਚੁੱਕ ਕੇ ਲਿਆਉਂਦੇ, ਉਹ ਨਾ ਸਬਜ਼ੀ ਗਲੀ ਹੁੰਦੀ ਸੀ ਅਤੇ ਬੰਦੇ ਨੇ ਜਿਵੇਂ ਲਾ ਲਾ ਕੇ ਉਹ 'ਚ ਮਿਰਚਾਂ ਮੁਰਚਾਂ ਉਹਨਾਂ ਬਹੁਤ ਸੁੱਟੀਆਂ ਹੁੰਦੀਆਂ। ਸਾਡੇ ਤਾਂ ਬਹੁਤੇ ਬੰਦੇ ਬਵਾਸੀਰ ਦੇ ਸ਼ਿਕਾਰ ਨੇ,
मैं काफ़ी साल जरा रोंदा रहा, मेरे खून ब्लीडिंग होनी, खून आना, बुरा हाल, कुट कुट हाल, टॉर्चर ही इस हिसाब ने इन्हें कर छड़िया। की टॉर्चर किया? ज़्यादा तो मैनू तो यो भी दिमागी मतलब हर चीज पुछ गिछी सारी दड़ी करी जानी। जेल दे विच नहीं, वैसे जेल तो पहला पहला जी हो गई है, लड्डा कोठी लास्ट जी फाइनल उन्होंने मैनू किया, उदों उन्होंने मैनू संगलना बन के ना पुट्ठा लमका दे रहे हैं, वो ज़्यादा उत्थे टॉर्चर किया। पांच क दिन करते सी, पांच दिन वो फिर रखते सी भी इन्हां दी सट्टां सुट्टां ठीक हो जाए, जेल दे विच फिर नाभे जेल च वापस लियांदे सी। ਤੁਸੀਂ ਕਦੇ ਸੋਚਿਆ ਸੀ ਜਿਹੜੇ ਹਰਿਮੰਦਰ ਸਾਹਿਬ ਤੁਸੀਂ ਮੱਥਾ ਟੇਕਦੇ ਸੀ ਆ ਕੇ, ਜਿਹੜੇ ਅਕਾਲ ਤਖਤ ਸਾਹਿਬ ਹਾਂਜੀ ਸਾਹਮਣੇ ਸਿਰ 'ਚ, ਉਹ ਤੁਹਾਡੇ ਸਾਹਮਣੇ ਸਾਰਾ ਢਹਿ ਢੇਰੀ ਹੋਇਆ ਪਿਆ ਸੀ, ਕਿਹੋ ਜਿਹਾ ਲੱਗਿਆ ਉਦੋਂ, ਕੀ ਸੋਚਿਆ ਉਦੋਂ ਇਸ ਦੇਸ਼? ਇਹ ਤਾਂ ਮਨ ਬੜਾ ਦੁਖੀ ਹੋਇਆ ਵੀ ਅਸੀਂ ਪਹਿਲਾਂ ਸੁਣਦੇ ਹੁੰਦੇ ਹਾਂ ਵੀ ਪਿਛਲੇ ਜਿਹੜੇ ਸਿੱਖ ਆ ਮੀਰ ਮੰਨੂ ਦੇ ਜਾਂ ਅਬਦਾਲੀ ਵੇਲੇ ਦੀਆਂ ਗੱਲਾਂ ਸੁਣਦੇ ਹੁੰਦੇ ਹਾਂ, ਪਰ ਇਹ ਤਾਂ ਅਸੀਂ ਅੱਖੀ ਪ੍ਰਤੱਖ ਵੇਖ ਲਿਆ ਵੀ ਜਿਹੜੀ ਮੌਜੂਦਾ ਗੌਰਮੈਂਟ ਜਿਹੜੀ ਹੈ ਇਹਨੇ ਵੀ ਸਾਡੇ ਨਾਲ ਘੱਟ ਨਹੀਂ ਕੀਤੀ, ਕਿੰਨਾ ਅੱਤਿਆਚਾਰ ਕੀਤਾ। ਉਹ ਤਾਂ ਰੋਣ ਆਉਂਦਾ ਸੀ ਵੇਖ ਕੇ, ਜਦੋਂ ਬਾਹਰ ਜਦੋਂ ਸਾਨੂੰ ਫੜ ਕੇ ਖੜਿਆ ਜਾਂ ਦੇਖਦੇ ਹਾਂ ਜਦੋਂ ਅਕਾਲ ਤਖਤ ਸਾਹਿਬ ਵੱਲ ਗੋਲੇ ਚੱਲਦੇ ਸੀ, ਉਹ ਤਾਂ ਐਂ ਜਿੱਦਾਂ ਮਤਲਬ ਜਿੱਦਾਂ ਦਿਵਾਲੀ ਦੇ ਵਿੱਚ ਚੱਲਦੇ ਹੁੰਦੇ ਨੇ, ਉਹ ਤਾਂ ਦਿਵਾਲੀ 'ਤੇ ਕੁਛ ਵੀ ਨਹੀਂ ਹੁੰਦੇ, ਨਿੱਕੇ ਨਿੱਕੇ ਪਟਾਕੇ, ਉਹ ਤਾਂ ਬੜੇ ਬੜੇ ਬੰਬ ਜਦੋਂ ਵੱਜਦੇ ਸੀ ਅਤੇ ਅੱਗਾਂ ਐਂ ਮੱਚ ਰਹੀਆਂ ਸੀ ਅਕਾਲ ਤਖਤ ਸਾਹਿਬ, ਉਹ ਸਰਾਂ ਵਾਲੀ ਸਾਈਡ ਤੋਂ ਉਹ ਵੀ ਦਿਖਦਾ ਹੀ ਸੀ ਉੱਥੋਂ, ਇੰਨਾ ਕਿਤੇ ਉੱਥੋਂ ਹੁਣ ਆਸੇ ਪਾਸੇ ਤਾਂ ਕਿਤੇ ਜਾਂਦੇ ਨਹੀਂ ਸੀ। ਇਸ ਹਿਸਾਬ ਨਾਲ ਆਪਾਂ ਝੀਤਾਂ ਥਾਈਂ ਜਾਂ ਝਰਨਿਆਂ ਥਾਈਂ ਜਿੱਦਾਂ ਮਾੜਾ ਮੋਟੇ ਉਹਦੀ ਦੇਖਦੇ ਹਾਂ, ਇਹ ਹਾਲਾਤ ਜਿਹੜੇ ਆ ਉਹ ਬਹੁਤ ਹੀ ਮਾੜੇ ਹਾਲਾਤ ਦੇਖੇ ਨੇ, ਉਹ ਭੁੱਲਦੇ ਨਹੀਂ ਮਨ 'ਚ, ਜਿੱਦਾਂ ਨਾ ਉੱਕਰੇ ਗਏ ਦਿਮਾਗ ਦੇ ਵਿੱਚ ਵੀ ਇਹੋ ਜਿਹਾ ਵਾਕਿਆ ਜਿਹੜਾ ਉਹ ਨਹੀਂ ਭੁੱਲ ਸਕਦਾ। ਮਨ ਹੀ ਇਹ ਇਸ ਤਰ੍ਹਾਂ ਦਾ ਹੋ ਗਿਆ ਵੀ ਕੀ ਬਣ ਕੀ ਗਿਆ ਹੈ। ਆਏ ਤਾਂ ਅਸੀਂ ਗੁਰੂ ਘਰ ਮੱਥਾ ਟੇਕਣ ਮੈਂ ਆਇਆ ਸੀ, ਅਤੇ ਇਹ ਹਾਲਾਤ ਕਿੱਦਾਂ ਦੇ, ਚਲੋ ਸਮੇਂ ਦੇ ਹਿਸਾਬ ਨਾਲ ਵੀ ਮੈਂ ਅਣਜਾਣ ਸੀ ਅਤੇ ਮੈਨੂੰ ਜ਼ਿਆਦਾ ਮਹਿਸੂਸ ਹੋਇਆ ਇਹ ਚੀਜ਼।